ਗਵਾਂਢੀਆਂ ਦੀ ਆਪਸੀ ਲੜਾਈ ਨੇ ਖੂਨੀ ਰੂਪ ਅਖਤਿਆਰ ਕਰ ਲਿਆ। ਦੋ ਗਵਾਂਢੀ ਆਪਸ ਦੇ ਵਿੱਚ ਭਿੜ ਪਏ ਤੇ ਇੱਕ ਗਵਾਂਢੀਆਂ ਦੇ ਵੱਲੋਂ ਇੱਕ ਸ਼ਖਸ ਨੂੰ ਬੇਰਹਿਮੀ ਦੇ ਨਾਲ ਪਹਿਲਾਂ ਕੁੱਟਿਆ ਗਿਆ, ਢਾ ਢਾ ਕੇ ਕੁੱਟਿਆ ਗਿਆ। ਕਾਫੀ ਦੇਰ ਤੱਕ ਇਹ ਸ਼ਖਸ ਕੁੱਟਦੇ ਰਹੇ, ਜਿਸ ਤੋਂ ਬਾਅਦ ਜਦੋਂ ਇਹਨਾਂ ਦੀ ਤਸੱਲੀ ਨਾ ਹੋਈ ਤਾਂ ਇਹਨਾਂ ਨੇ ਘਰ ਦੇ ਵਿੱਚ ਵੜ ਕੇ ਕਈ ਹੋਰ ਬਦਮਾਸ਼ਾਂ ਨੂੰ ਨਾਲ ਬੁਲਾ ਕੇ ਘਰ ਦੀ ਹਰ ਚੀਜ਼ ਦੀ ਭੰਨ ਤੋੜ ਕਰ ਦਿੱਤੀ। ਜਿੱਥੇ ਵੀ ਸਮਾਨ ਕੋਈ ਦਿਖਿਆ, ਚਾਹੇ ਜਿੱਥੇ ਉਸਦਾ ਬਾਈਕ ਸੀ, ਉਸ ਦੀ ਤੋੜ ਭੰਨ ਕਰ ਦਿੱਤੀ। ਫਿਰ ਘਰ ਦੇ ਅੰਦਰ ਦਾਖਲ ਹੋ ਗਏ, ਘਰ ਦੇ ਅੰਦਰ ਜਿਹੜੀ ਸਕੂਟੀ ਖੜੀ ਸੀ ਉਸ ਨੂੰ ਤੋੜ ਦਿੱਤਾ, ਫਿਰ ਜਿੱਥੇ ਗੱਡੀ ਖੜੀ ਸੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਅਲਮੀਰਾ ਹੋਵੇ ਜਾਂ ਫਰਿੱਜ, ਵਾਸ਼ਿੰਗ ਮਸ਼ੀਨ, ਕੋਈ ਵੀ ਚੀਜ਼ ਜਿਹੜੀ ਆ ਉਹ ਸਬੂਤੀ ਨਹੀਂ ਛੱਡੀ। ਇਹੀ ਨਹੀਂ, ਜਾਂਦੇ ਜਾਂਦੇ ਦੁੱਧ ਦਾ ਪਤੀਲਾ ਵੀ ਡੋਲ ਗਏ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਲੌਰ ਤੋਂ, ਜਿੱਥੇ ਪਿੰਡ ਭਾਰ ਸਿੰਘ ਹੈ ਅਤੇ ਉੱਥੇ ਹਾਹਾਕਾਰ ਮੱਚ ਗਈ ਜਦੋਂ ਇੱਕ ਗੁਆਂਢੀ ਦੇ ਵੱਲੋਂ ਗੁਆਂਢੀ ਦੇ ਘਰ ਦੇ ਵਿੱਚ ਦਾਖਲ ਹੋ ਕੇ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ, ਤਬਾਹੀ ਮਚਾ ਦਿੱਤੀ ਗਈ। ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਬਾਈਕ, ਕਾਰ, ਫਰਿੱਜ, ਵਾਸ਼ਿੰਗ ਮਸ਼ੀਨ, ਸਕੂਟੀ, ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ। ਸ਼ੀਸ਼ੇ ਭੰਨ ਦਿੱਤੇ ਗਏ ਨੇ ਘਰ ਦੇ, ਤੋੜ ਭੰਨ ਕੀਤੀ ਗਈ ਹੈ। ਘਰ ਦੇ ਵਿੱਚ ਕੱਚ ਹੀ ਕੱਚ ਨਜ਼ਰ ਆ ਰਿਹਾ। ਸਕੂਟੀ ਦੀ ਦੇਖੋ ਕੀ ਹਾਲਤ ਕਰ ਦਿੱਤੀ ਆ, ਪੂਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਹੈ ਇਸ ਦੀ। ਸਵਿੱਚਾਂ ਦੇ ਬੋਰਡ ਤੱਕ ਤੋੜ ਦਿੱਤੇ ਨੇ। ਕਿਚਨ ਦੇ ਵਿੱਚ ਜਿੰਨਾ ਕੁਝ ਲੱਗਿਆ ਸੀ, ਜਿੰਨਾ ਕੁਝ ਸਮਾਨ ਪਿਆ ਸੀ ਉਹ ਤੋੜ ਦਿੱਤਾ ਹੈ। ਫਰਿੱਜ ਜਿਹੜਾ ਹੈ ਉਹ ਮੂਦਾ ਕਰਕੇ ਸੁੱਟ ਦਿੱਤਾ ਹੈ। ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ। ਵਾਸ਼ਿੰਗ ਮਸ਼ੀਨ ਭੰਨ ਦਿੱਤੀ ਗਈ ਹੈ, ਵਾਸ਼ ਬੇਸਨ ਭੰਨ ਦਿੱਤਾ ਗਿਆ ਹੈ, ਕੱਪੜੇ ਤੱਕ ਖੰਡਾ ਦਿੱਤੇ ਗਏ ਨੇ। ਹਰ ਚੀਜ਼, ਕੋਈ ਵੀ ਚੀਜ਼ ਜਿਹੜੀ ਆ ਉਹ ਘਰ ਦੇ ਵਿੱਚ ਸਬੂਤੀ ਨਹੀਂ ਛੱਡੀ, ਦੁੱਧ ਤੱਕ ਡੋਲ ਦਿੱਤਾ ਗਿਆ ਹੈ। ਘਰ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ। ਤਾਂ ਗੁਆਂਢੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਅਤੇ ਦੋਵੇਂ ਧਿਰਾਂ ਲੜ ਪਈਆਂ, ਤਾਂ ਇੱਕ ਧਿਰ ਦੇ ਵੱਲੋਂ ਬਦਮਾਸ਼ ਬੁਲਾਏ ਗਏ ਅਤੇ ਦੂਜੇ ਧਿਰ ਦੀ ਘਰ ਦੇ ਵਿੱਚ ਆ ਕੇ ਭੰਨ ਤੋੜ ਕੀਤੀ ਗਈ ਆ। ਮੁੰਡਿਆਂ ਨੇ ਘਰ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ। ਪਹਿਲਾਂ ਇੱਕ ਸ਼ਖਸ ਨੂੰ ਬੁਰੀ ਤਰ੍ਹਾਂ ਕੁੱਟਿਆ, ਫਿਰ ਬੇਰਹਿਮੀ ਦੇ ਨਾਲ ਕੁੱਟਦੇ ਕੁੱਟਦੇ ਉਸ ਦਾ ਜਦੋਂ ਤੱਕ ਤਸੱਲੀ ਨਾ ਹੋਈ ਤਾਂ ਫਿਰ ਹੋਰ ਮੁੰਡੇ ਬੁਲਾ ਲਏ ਅਤੇ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ ਹੈ। ਤਾਂ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਫਿਲੌਰ ਦਾ ਪਿੰਡ ਹੈ ਭਾਰ ਸਿੰਘਪੁਰ, ਜਿੱਥੇ ਇਹ ਗੁਆਂਢੀ ਆਪਸ ਦੇ ਵਿੱਚ ਭਿੜੇ ਨੇ। ਹਾਲਾਂਕਿ ਮਾਮੂਲੀ ਤਕਰਾਰ ਦੱਸੀ ਜਾ ਰਹੀ ਹੈ, ਪਰ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਇੰਨੀ ਲੜਾਈ ਹੁੰਦੀ ਹੈ ਕਿ ਘਰ ਦੇ ਵਿੱਚ ਪਈ ਹਰ ਚੀਜ਼ ਦੀ ਭੰਨ ਤੋੜ ਕਰ ਦਿੰਦੇ ਨੇ। ਸਕੂਟੀ, ਬਾਈਕ, ਗੱਡੀ, ਫਰਿੱਜ, ਵਾਸ਼ਿੰਗ ਮਸ਼ੀਨ, ਵਾਸ਼ ਬੇਸਨ, ਹੋਰ ਸਾਰੀਆਂ ਚੀਜ਼ਾਂ, ਕਿਚਨ ਤੱਕ ਦੀ ਭੰਨ ਤੋੜ ਕਰਦੇ ਨੇ। ਅਤੇ ਜਿਹੜੇ ਪੀੜਤ ਧਿਰ ਆ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜ਼ਰੂਰੀ ਕੀਮਤੀ ਸਮਾਨ ਸੀ ਉਹ ਵੀ ਇਹ ਜਿਹੜੇ ਗੁਆਂਢੀ ਨੇ ਬਦਮਾਸ਼ ਬੁਲਾ ਕੇ ਚੁੱਕ ਕੇ ਲੈ ਗਏ ਨੇ। ਹਾਲਾਂਕਿ ਪੁਲਿਸ ਮੌਕੇ 'ਤੇ ਪਹੁੰਚੀ ਹੈ, ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੀਆਂ ਭਾਰ ਸਿੰਘਪੁਰ ਅਤੇ ਦਵਿੰਦਰ ਕੌਰ ਬਾਲਟੀ ਦੇਰ ਹੈ ਸਾਡਾ ਜੀ, ਉਹਨੇ ਸਾਡੇ 'ਤੇ ਹਮਲਾ ਕੀਤਾ ਅਤੇ ਸਾਨੂੰ, ਸਾਡੀ ਜਾਨ ਨੂੰ ਖਤਰਾ ਹੈ, ਜਾਣੀ ਕਿ ਬੱਚਿਆਂ ਨੂੰ ਵੀ ਸਾਡੇ 'ਤੇ ਦੋ ਵਾਰੀ ਹਮਲਾ ਹੋ ਚੁੱਕਾ। ਇੱਕ ਵਾਰੀ ਅਸੀਂ ਘਰੋਂ ਵੀ ਬਾਹਰ ਰਹੇ ਹਾਂ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ, ਸਾਡੇ ਬੱਚਿਆਂ ਨੂੰ ਵੀ ਖਤਰਾ ਹੈ। ਦੇਖੋ ਅਸੀਂ ਬਾਂਸੀਆਂ ਗਈਆਂ ਸੀਗੀਆਂ, ਸਾਡੇ ਤਾਂ ਡੈਥ ਹੋਈ ਸੀ ਉੱਥੇ। ਅਸੀਂ ਸਵੇਰੇ ਸਾਜਰੇ 7 ਵਜੇ ਚਲ ਗਏ ਹਾਂ, ਸਾਨੂੰ ਮਗਰ ਫੋਨ ਗਿਆ ਤੁਹਾਡੇ ਘਰ 'ਚ ਲੜਾਈ ਹੋ ਰਹੀ ਹੈ, ਕੋਈ ਬਾਹਰੋਂ ਬੰਦੋ ਆ ਕੇ ਤੁਹਾਡੇ ਦੱਬਾ ਜੀ ਕੁੱਟ ਰਹੇ ਆ। ਅਸੀਂ ਉਸੇ ਵੇਲੇ ਜਦ ਆਈ ਹਾਂ, ਥੋੜ੍ਹੇ ਚਿਰ ਹੋਏ ਸਾਨੂੰ ਫੋਨ ਗਿਆ ਤੁਸੀਂ ਜਾਇਓ ਨਾ, ਉੱਥੇ ਬੰਦੇ ਬਾਹਰੋਂ ਆ ਕੇ ਘੁੰਮਦੇ ਆ ਬਾਹਰ। ਤਾਂ ਅਸੀਂ ਆਈਆਂ ਨਹੀਂ ਹੈਗੀਆਂ। ਹੁਣ ਜਦ ਅਸੀਂ ਆ ਕੇ ਦੇਖਿਆ, ਆਲੇ ਦੁਆਲੇ ਦੇਖਿਆ, ਮੈਂ ਆਪਣੇ ਕਮਰੇ ਵੱਲ ਦੇਖਿਆ, ਮੇਰੇ ਕਮਰੇ ਦਾ ਲੋਕਰ ਵੀ ਭੰਨ ਗਏ, ਘਰ ਵੀ ਸਾਰਾ ਤੋਂ ਸਮਾਨ ਤੋੜ ਗਏ ਆ। ਮੇਰੇ ਕਮਰੇ ਦੇ ਵਿੱਚ ਲੋਕਰ ਵਿੱਚ ਮੇਰਾ ਸਮਾਨ ਪਿਆ ਸੀ ਗੋਲਡ ਦਾ, ਉਹਦੇ ਵਿੱਚ ਅੱਜ ਵੇਲੇ ਕੁਛ ਵੀ ਨਹੀਂ ਹੈਗਾ। ਕੀ ਨੁਕਸਾਨ ਆ ਤੁਹਾਡਾ ਹੋਇਆ? ਮੇਰੇ ਉਹਦੇ ਵਿੱਚ ਇੱਕ ਸੈੱਟ ਸੀ, 2 ਜੋੜੇ ਵਾਲੀਆਂ ਦੇ ਸੀਗੇ, 2 ਮੇਰੀਆਂ ਚੂੜੀਆਂ ਸੀਗੀਆਂ। ਕੋਈ ਨਗਦ ਕੋ ਪੈਸੇ ਵੀ ਸੀਗੇ? ਪੈਸੇ $1000 ਪਿਆ ਸੀਗਾ ਵਿੱਚ ਉਹਦੇ। ਜਸਵੀਰ ਕੁਮਾਰ, ਪਿੰਡ ਮੇਰਾ ਭਾਰ ਸਿੰਘਪੁਰ ਆ। ਮੈਂ ਬਾਹਰ ਬੈਠਾ ਸੀ ਆਪਣੀ ਥੜੀ 'ਤੇ, ਤਾਂ ਮੇਰੇ 'ਤੇ ਆ ਕੇ ਗੁਰਵਿੰਦਰ ਕੁਮਾਰ ਬਾਂਟੀ, ਹਰਦੀਪ ਕੁਮਾਰ ਲਾਡੀ, ਇਹਨਾਂ ਨੇ ਪਹਿਲਾਂ ਹਮਲਾ ਕੀਤਾ, ਬਾਅਦ ਵਿੱਚ ਬੰਦੇ ਲੈ ਕੇ ਆਇਆ 3-4। ਮੈਨੂੰ ਨਹੀਂ ਪਤਾ ਕਿੰਨੇ ਹੀ, 3-4 ਸੀ ਗੱਡੀ ਆਈ ਭਰ ਕੇ। ਮੈਨੂੰ ਤਾਂ ਅੰਦਰ, ਮੈਂ ਨੱਠ ਕੇ ਅੰਦਰ ਆ ਜਾ ਕੇ ਲੁੱਕ ਗਿਆ, ਤਾਂ ਮੈਨੂੰ ਤਾਂ ਇਹੀ ਪਤਾ ਲੱਗਦਾ ਸੀ ਖੜਾਕਾ ਸਾਡਾ ਘਰ ਪੂਰਾ ਤੋੜਦੇ ਸੀ। ਮੈਨੂੰ ਤਾਂ ਇੱਦਾਂ ਲੱਗਦਾ ਸੀ ਵੀ 10-12 ਬੰਦੇ ਆ, ਮੈਂ ਅੰਦਰ ਲੁਕਿਆ ਰਿਹਾ। ਇਹਨਾਂ ਨੇ ਸਾਡੇ ਪੂਰੀ ਘਰ ਦੀ ਤੁਹਾਨੂੰ ਭੰਨ ਤੋੜ ਕੀਤੀ। ਹਾਂਜੀ ਹਾਂਜੀ, ਪਹਿਲਾਂ ਮੈਨੂੰ ਇਹਨਾਂ ਨੇ ਕੁੱਟਿਆ, ਮੇਰੇ ਦਾਤਰ ਮਾਰੇ, ਦਾਤ ਲੈ ਕੇ ਮੈਂ ਨੱਠ ਕੇ ਪਹਿਲਾਂ ਪੁਰਾਣੇ ਘਰ ਲੱਗ ਗਿਆ। ਕਿੱਥੇ ਲੱਗਾ ਦਾਤ ਤੁਹਾਡੇ? ਦਾਤ ਮੇਰੇ ਆਹ ਹੱਥਾਂ 'ਤੇ ਲੱਗਾ, ਅਤੇ ਆਹ ਨੱਕ ਦੀ ਮਸ਼ੀਰ ਵੀ ਟੁੱਟੀ ਸੀ, ਇੱਥੇ ਮੂੰਹ 'ਚ ਵੀ ਸੱਟਾਂ ਲੱਗੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਵਨ ਕੁਮਾਰ ਹੈ ਜੀ, ਪਿੰਡ ਭਾਰ ਸਿੰਘਪੁਰ। ਮੈਂ, ਮੇਰੀ ਆਪਣੀ ਦੁਕਾਨ ਹੈ ਜੀ ਸਪੇਅਰ ਪਾਰਟ ਦੀ, ਅਤੇ ਮੈਂ ਆਪਣੀ ਦੁਕਾਨ 'ਤੇ ਸੀਗਾ ਅਤੇ ਮੈਨੂੰ ਘਰੋਂ ਫੋਨ ਗਿਆ ਵੀ ਘਰ 'ਤੇ ਹਮਲਾ ਹੋ ਗਿਆ।
मेरे भरा दे जसवीर कुमार के उत्ते हमला हो गया ते उहदे सट्टां चूटां मारियां ते सारा ही घर तोड़ गया। वो पता नहीं हुण 10 बंदे सी 12 बंदे सी क्योंकि मैं मौके पर मौजूद नहीं सी पर मेरा भरा इत्थे मौजूद सीगा जिहदे सट्टां लगियां ते साडा सारा ही घर तोड़ दिता जी। की तोड़िया? उन्हें सारा कुछ तोड़ दिता, देखो साड़ियाँ फ्रिजा सारा कुछ लै गए ते साडा मेरा लॉकर भी अलमारी दे विचों तोड़ दिता। उहदे विच मेरे गहने जो कुछ सीगे मेरी मिसेज दे गहने सीगे ते उहदे विच नगदी भी पई सी घट्टो घट जे ज़्यादा नहीं तो 30 to 40 हज़ार रुपया विच पिया सीगा उहदे जिहड़ा उह लै गए चाके ते जिहड़े गहने सीगे गहने भी मन के चलो तुसीं 7-8 तोले सीगा जिहड़ा गहने लै गए जी सारे ते उहदे भन तोड़ करके सारी अलमारी भी भन गया सारा सारे। की मांग करते प्रशासन तो? प्रशासन तो यही मांग करते हैं भी सानू इंसाफ दिता जाए, साढ़े सानू जान का खतरा आया जी। ये जो गुरविंदर कुमार बांटी आ अमेरिका दे विच रहण वाला आ ते उत्थों भी कई बार ये हायर करके गुंडे साढ़े से पहला भी 1-2 बारी हमले करा चुका ते हुण ये फिर सानू धमकियां मिलदियां सीगियां ते इस करके इहदे ते जो बनदी कारवाई आ सख्त तो सख्त कारवाई की जाए। जो वारदात हुई है पिंड भारत सिंहपुर दे विच तुसीं मौके ते आए आ की जानकारी है जी? एस एच ओ साहब फोन आया भी भारत सिंह पुलिस तो एक बहुत ज़्यादा लड़ाई झगड़ा हो गया उ मौके पर पहुंचो तो जिसने ये मौके पर आए इसे काफ़ी भन तोड़ की हुई थी। ये जो जसवीर कौर है ये भरा से बंटी एक गुआढ़ी यहाँ लाडी इन्ह दो ने काफ़ी बंदे इतने सदे 5-10 बंदे सद के इतने अंदर आ के काफ़ी भन तोड़ की घर की जिस काफ़ी नुकसान दिता घर का उन्होंने तो जसवीर सिंह भी सट्टा मारियाँ तो जो अमला जो मुताबक जो बनती कार्रवाई है हम इतने आवेंगे जो भी बयान मुताबक जो भी मतलब कार्रवाई होगी की जाएगी इमीजिएट जल्दी जल्द से जल्द।